मैं तुहाडे केस दे बारे ਤੁਸੀਂ ਮੇਰੇ ਖਿਆਲ ਸੁਖਮਨ ਨਾਲ ਜੁੜੇ ਹੋ ਨਾ ਸ਼ਾਇਦ ਸੁਖਮਨ ਨਾਲ ਗੱਲ ਕਰਦੇ ਹੋ ਸ਼ਾਇਦ ਆਪਣੇ ਹਾਂਜੀ ਹਾਂਜੀ ਕੇਸ ਦੇ ਬਾਰੇ ਸੋ ਅੱਜ ਕੱਲ੍ਹ ਕਾਫੀ ਕਾਫੀ ਮੇਰਾ ਖਿਆਲ ਹੈ ਕਿ ਪਤਾ ਨਹੀਂ ਸ਼ਾਇਦ ਕਿਉਂਕਿ ਹੁਣ ਚੋਣ ਹੋਏ ਆ ਜਿਹੜੇ ਲਿਬਰਲ ਸਰਕਾਰ ਦੁਬਾਰਾ ਆਈ ਹੈ ਸ਼ਾਇਦ ਇਮੀਗ੍ਰੇਸ਼ਨ ਪੋਲਿਸੀ ਸਖਤਾਈ ਹੋ ਰਹੀ ਹੈ ਨਿਊ ਦਿੱਲੀ ਹਾਈ ਕਮਿਸ਼ਨ ਕਾਫੀ ਕੇਸ ਪੈਂਡਿੰਗ ਹੈ ਜਾਂ ਕਾਫੀ ਕੇਸ ਰਿਫਿਊਜ਼ ਵੀ ਹੋ ਰਹੇ ਹੈ ਸੋ ਇਸ ਕਰਕੇ ਆਪਾਂ ਮਤਲਬ ਹਮੇਸ਼ਾ ਇਹ ਸੋਚਦੇ ਹਾਂ ਵੀ ਕਿੱਦਾਂ ਇੰਪਰੂਵ ਕਰੀਏ ਕਿਸ ਤਰ੍ਹਾਂ ਕਰਨਾ ਹੈ ਇਹਨੂੰ ਕਿਸ ਕੀ ਕਰਨਾ ਹੈ ਹਾਂਜੀ ਹਾਂਜੀ ਸੋ ਤੁਸੀਂ ਤਿੰਨ ਮੈਂਬਰ ਹੋ ਨਾ ਅੱਛਾ ਤੁਹਾਡੇ ਜਿਹੜੇ ਉਹ ਫਰੈਂਡ ਸੀ ਨਾ ਜਸਵੀਰ ਜਿਹੜੇ ਟਿਮ ਹੋਟਲ ਹਾਂਜੀ ਹਾਂਜੀ ਮੇਰੇ ਨਾਲ ਹੀ ਕੰਮ ਕਰਦੇ ਸੀ ਅੱਛਾ ਤੁਹਾਡੇ ਨਾਲ ਕੰਮ ਕਰਦੇ ਸੋ ਆਪਣੇ ਆਪਣੇ ਕੋਲ ਤਿੰਨ ਮੈਂਬਰ ਹੈ ਨਾ ਤੁਸੀਂ ਆਪਣੇ ਹਸਬੈਂਡ ਨੂੰ ਸਪਾਂਸਰ ਕਰ ਰਹੇ ਹੋ ਸ਼ਾਇਦ ਦੋ ਤੁਹਾਡੇ ਜਿਹੜੇ ਜੋ ਆ ਕੇ ਮੇਰੇ ਕੋਲ ਦੋ ਹਾਂਜੀ ਇੱਕ ਤੇ ਬੇਟੀ ਕਾਲਜ ਜਾ ਰਹੀ ਹੈ ਹਾਂਜੀ ਇੱਕ ਤੁਹਾਡਾ ਜਿਹੜਾ ਦੂਸਰਾ ਮੇਰਾ ਬੇਟਾ ਹੈ ਉਹ ਕਿਹੜੀ ਕਲਾਸ ਸੇ 8th ਕਲਾਸ ਨਹੀਂ ਜੀ ਪਲੱਸ 2 ਜੈ ਸਰ ਪਲੱਸ 2 ਅੱਛਾ ਸੌਰੀ ਪਲੱਸ 2 ਆਈ ਥਿੰਕ ਹੀ ਵਿਲ ਗੋਇੰਗ ਅਨ ਠੀਕ ਹੈ ਠੀਕ ਹੈ ਠੀਕ ਹੈ ਸੋ ਇਹ ਹਮੇਸ਼ਾ ਇੱਕ ਚੈਲੰਜ ਰਿਹਾ ਹੈ ਕਿ ਵੀ ਕਿੱਦਾਂ ਸ਼ੋਅ ਕਰੀਏ ਕਿੰਨੇ ਪੈਸੇ ਸ਼ੋਅ ਕਰੀਏ ਕਾਫੀ ਕੁਝ ਐਪਲੀਕੇਸ਼ਨਸ ਅੱਜ ਕੱਲ ਰਿਫਿਊਜ਼ ਹੋ ਰਹੀ ਹੈ ਜਿਨ੍ਹਾਂ ਕੋਲ ਫੰਡਸ ਨਹੀਂ ਹੈ ਸਪੈਸ਼ਲੀ ਜਿਹੜੇ ਨੌਕਰੀ ਨਹੀਂ ਕਰਦੇ ਜਿਹੜੇ ਫਾਰਮਿੰਗ ਕਰਦੇ ਆ ਜਿਹੜੇ ਜੇ ਫਾਰਮ ਸ਼ੋਅ ਕਰ ਰਹੇ ਆ ਜਾਂ ਕੋਈ ਹੋਰ ਕੋਈ ਡੇਅਰੀ ਫਾਰਮਿੰਗ ਸ਼ੋਅ ਕਰਨਾ ਹੈ ਅਤੇ ਉਹਨਾਂ ਦੇ ਮਿਨੀਮਮ ਅਸੀਂ ਰਿਕਮੈਂਡ ਕੀਤਾ ਸੀ ਕਰੀਬ ਤੁਸੀਂ 10 ਤੋਂ 11 ਲੱਖ 12 ਲੱਖ ਤੱਕ ਸ਼ੋਅ ਕਰੋ ਤਾਂ ਹੀ ਵੀਜ਼ੇ ਲੱਗਦੇ ਆ ਸੋ ਇੱਕ ਐਕਚੁਲੀ ਮੇਰਾ ਇੱਕ ਕੱਲ੍ਹ ਪਰਸੋਂ ਵੀ ਇੱਕ ਕੇਸ ਰਿਫਿਊਜ਼ ਹੋ ਗਿਆ ਮੇਰੇ ਥਰੂ ਮੈਂ ਹੀ ਲਾਇਆ ਸੀ ਉਹ ਵੀ ਮੈਨੂੰ ਲੱਗਿਆ ਕਿ ਬਹੁਤ ਹੀ ਇੱਕ ਆਜ਼ਾਦੀ ਹੈ ਕਿ ਉਹ ਕੁੜੀ ਇਸ ਵਕਤ ਪ੍ਰੈਗਨੈਂਟ ਹੈ ਹਸਬੈਂਡ ਉੱਥੇ ਇੰਡੀਆ ਹੈ ਲੇਕਿਨ ਫਿਰ ਵੀ ਉਹਨਾਂ ਨੇ ਸਪਾਊਸਲ ਜੈਨੂਇਨਨੈਸ ਕਰਕੇ ਉਹਨੂੰ ਨਕਾਰਤਾ ਕਿ ਵੀ ਤੁਹਾਡੀ ਮੈਰਿਜ ਜੈਨੂਇਨ ਨਹੀਂ ਹੈ ਜੈਨੂਇਨਨੈਸ ਦਾ ਹੋਰ ਕਿਹੜਾ ਪ੍ਰੂਫ ਤੁਸੀਂ ਦੇ ਸਕਦੇ ਹੋ ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਡੇ ਬਾਰੇ ਵੀ ਮੈਂ ਕੋਸ਼ਿਸ਼ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਕਰਨਾ ਹੋਰ ਕਿਹੜੇ ਡਾਕੂਮੈਂਟਸ ਕਰਨੇ ਆ ਤੇ ਕਿਸ ਤਰ੍ਹਾਂ ਕਦੋਂ ਤੱਕ ਤੁਹਾਡਾ ਹੈ ਵਰਕ ਪਰਮਿਟ ਵੈਲਿਡ ਇਹ ਮੇਰਾ 22 ਨਵੰਬਰ ਤੱਕ ਆ ਨੈਕਸਟ ਈਅਰ ਤੇ ਹਾਂਜੀ 1 ਸਾਲ ਦਾ ਮੇਰੇ ਕੋਲ ਹੁਣ ਮਿਨੀਮਮ ਜੇਕਰ ਰਿਫਿਊਜ਼ ਹੋ ਗਿਆ ਤੇ ਆਪਾਂ ਦੁਬਾਰਾ ਚਾਂਸ ਲੈ ਸਕਦੇ ਆ ਇਦਾਂ ਨਾ ਕਹੋ ਭਾਜੀ ਹੁਣ ਮੈਂ ਸੁਣ ਨਹੀਂ ਸਕਦੀ ਇਹ ਚੀਜ਼ ਅੱਛਾ ਮੇਰੇ ਤੁਹਾਡੇ ਹਸਬੰਡ ਵੀ ਦੇਖ ਰਹੇ ਆ ਉਹ ਵੀ ਗੱਲ ਕਰਨਾ ਚਾਹੁੰਦੇ ਸੀ ਕੀ ਖਿਆਲ ਹੈ ਬ੍ਰਦਰ ਨਹੀਂ ਜੀ ਅਸੀਂ ਤਾਂ ਆਪ ਕੁਛ ਨਹੀਂ ਕਰ ਸਕਦੇ ਕੀ ਕਰੀਏ ਜੀ ਹੁਣ ਅੱਗੇ ਬਹੁਤ ਅਸੀਂ ਤਾਂ ਪੱਟੇ ਗਏ ਆ ਜੀ ਤੁਸੀਂ ਸਹੀ ਪੁੱਛੋ ਸੀ ਤਾਂ ਮੈਂ ਤਾਂ ਸਾਰੀ ਲਾਈਫ ਇਸ ਕੰਮ 'ਚ ਗਵਾ ਲਈ ਆਪਦੀ ਓ ਮਾਈ ਗੋਡ ਕਿੰਨੀ ਵਾਰ ਰਿਫਿਊਜ਼ ਹੋ ਚੁੱਕੇ ਹੋ ਹਾਂਜੀ ਸਾਡਾ 2 ਵਾਰ ਨੇ ਅਸੀਂ ਇੱਥੇ ਆ ਕੇ ਤੇ ਸਾਡਾ ਪਹਿਲਾਂ ਇੱਕ ਵਾਰ ਰਜਿਸਟਰ ਵੀ ਕੀਤਾ ਸੀਗਾ ਫਿਰ ਵੀ ਨਹੀਂ ਪੈਕ ਤੋਂ ਵੀ 2 ਵਾਰ ਕੀਤਾ ਸੀਗਾ ਚਾਰ ਪੰਜ ਵਾਰੀ ਜਣੀ ਰਿਫਿਊਜ਼ਲਾਂ ਸਾਡੀਆਂ ਹੋ ਚੁੱਕੀਆਂ ਇਸ ਚੀਜ਼ 'ਚ ਕਿੰਨੇ ਪੈਸੇ ਖਰਾਬ ਕਰ ਚੁੱਕੇ ਹੋ ਹਾਂਜੀ ਕੋਈ ਗਿਣਤੀ ਨਹੀਂ ਸਾਡੇ ਕੋਲ ਤਾਂ ਰਹੀ ਮੈਨੂੰ ਲੱਗਦਾ ਵੀ ਅਸੀਂ ਤਾਂ ਜੋ ਵੀ 10-12 ਸਾਲ ਤੋਂ ਮੇਰੇ ਲਈ ਇਸ ਕੰਮ 'ਚ ਪਏ ਹਾਂ ਫਿਰ ਕੋਈ ਗਿਣਤੀ ਨਹੀਂ ਰਹਿ ਗਈ ਹੁਣ ਤੱਕ ਇੰਨੀ ਵੇਸਟ ਮਨੀ ਵੀ ਕਰ ਲਈ ਤੇ ਇੱਥੋਂ ਤੱਕ ਕਿ ਟੈਨਸ਼ਨ ਨਾਲ ਵੀ ਕਿੱਥੋਂ ਤੱਕ ਅਸੀਂ ਪਹੁੰਚ ਇਸੋ ਤੱਕ ਪਾਪਾ ਮੇਰੀ ਸਿਸਟਰ ਇੱਥੋਂ ਸਾਰੇ ਮੇਰੇ ਲਈ ਹੋ ਕੇ ਵੀ ਨਹੀਂ ਪੈਗ ਵੀ ਗਏ ਸੀ ਘਰ ਬਾਰ ਪੱਟ ਕੇ ਪਰ ਮੇਰਾ ਫੇਰ ਵੀ ਨਹੀਂ ਉੱਥੇ ਕੁਛ ਵੀ ਬਣਿਆ ਹਾਂਜੀ ਚਲੋ ਯਾ ਇਟਸ ਅ ਵੈਰੀ ਵੈਰੀ ਟ੍ਰੈਜਿਕ ਚਲੋ ਕੋਈ ਗੱਲ ਉਦਾਸ ਨਾ ਹੋ ਤੁਹਾਡੇ ਵੀਜ਼ੇ ਲੱਗ ਗਏ ਆ ਮੇਰੇ ਕੋਲੇ ਤਾਂ ਹੁਣ ਵਾਰਡ ਵੀ ਹੈ ਨੀ ਤੁਹਾਡਾ ਮੇਰੇ ਪੇਰੈਂਟਸ ਫੈਮਿਲੀ ਨੇ ਬਹੁਤ ਮੇਰੇ ਲਈ ਸਟਰਗਲ ਕੀਤਾ ਸੀ ਤਿੰਨਾਂ ਦੇ ਭਾਜੀ ਲੱਗ ਗਏ ਸਾਡੇ
ਦੋ ਦੇ ਆ ਗਏ, ਬੱਚਿਆਂ ਦੇ ਆ ਗਏ, ਅੱਜ ਅੱਜ ਆ ਗਿਆ, ਹਸਬੈਂਡ ਦਾ ਵੀ ਆਉਂਦਾ ਹੋਏਗਾ, ਹਸਬੈਂਡ ਜ਼ਿਆਦਾ ਦੇਰ ਨਹੀਂ ਲੱਗੀ, ਦੋਨੋਂ ਬੱਚੇ 'ਤੇ ਅੱਜ ਪਾਸਪੋਰਟ ਰਿਕੁਐਸਟ ਆ ਚੁੱਕੀ ਹੈ, ਅਤੇ ਪਾਸਪੋਰਟ ਤੁਸੀਂ ਉਹ ਮੈਂ ਪਾਸ ਉਹ ਜਿਹੜੇ ਕਾਗਜ਼ ਹੈ ਉਹ ਮੈਂ ਸੁਖਮਨ ਨੂੰ ਦਿੱਤੇ ਹੈ, ਤੁਹਾਨੂੰ ਦੇਗਾ ਕੱਲ੍ਹ ਜਾ ਕੇ ਸਵੇਰੇ ਜਾ ਕੇ ਤੁਸੀਂ ਪਾਸਪੋਰਟ ਜਮ੍ਹਾਂ ਕਰੋ, 2 ਜਾਂ 3 ਦਿਨਾਂ ਤੱਕ ਉਹ ਵੀਜ਼ਾ ਸਟੈਂਪ ਹੋ ਜਾਏਗਾ, ਫਿਰ ਤੁਸੀਂ ਉਹਨਾਂ ਦੀ ਟਿਕਟ ਵੀ ਬੁੱਕ ਕਰ ਸਕਦੇ ਹੋ, ਮਤਲਬ ਕਿ ਵਿਦਿਨ ਹਫ਼ਤੇ ਤੱਕ ਤੁਸੀਂ ਟਿਕਟ ਵੀ ਬੁੱਕ ਕਰ ਸਕਦੇ ਹੋ ਉਹਨਾਂ ਦੀ। Good evening. Thank you very much. I enjoy, you know, this is an emotional, you know. Thank you. Sir, I want to ask something, please. Mommy, please wait. Sir, please tell them with my father's application, passport request. Aayegi. Take it easy, aayegi. ਆਏਗੀ ਦੋਨਾਂ ਦੇ ਤੁਹਾਡੇ ਸਿਸਟਰ ਦੇ ਲੱਗ ਗਏ ਆ ਵੀਜ਼ੇ, ਲੱਗ ਗਏ ਮਤਲਬ ਕਿ ਉਹਨਾਂ ਦੇ ਮੇਰੇ ਕੋਲ ਆ ਗਿਆ ਕਿ ਵੀ ਅਪਰੂਵ ਹੋ ਗਈ, ਮਤਲਬ ਮੈਸੇਜ ਆ ਗਿਆ ਕਿ ਅਪਰੂਵ ਹੋ ਚੁੱਕਿਆ, ਅਤੇ ਉਹ ਤੁਸੀਂ ਅੱਜ ਤੁਹਾਨੂੰ ਉਹਨਾਂ ਨੇ ਈਮੇਲ ਕਰ ਦੇਣੀ ਹੈ, ਅਤੇ ਡਾਇਰੈਕਟਲੀ ਆਈ ਕੈਨ ਡੂ ਇਟ ਫੋਰ ਯੂ। ਤੁਸੀਂ ਜੋ ਮੇਰਾ ਮੇਰਾ ਜਿਹੜਾ ਸਕਾਈਪ ਹੈ ਵਟਸਐਪ 'ਤੇ ਜਾਂ ਤਾਂ ਆਪਣਾ ਈਮੇਲ ਟਾਈਪ ਕਰ ਦਿਉ, ਤੁਹਾਨੂੰ ਮੈਂ ਹੁਣੇ ਡਾਇਰੈਕਟਲੀ 5 ਮਿੰਟ 'ਤੇ ਤੁਹਾਨੂੰ ਮੈਂ ਕਰ ਦਿੰਦਾ, ਅਤੇ ਸਵੇਰੇ 8 ਵਜੇ ਤੁਸੀਂ ਆਪਣੇ ਵੀਜ਼ੇ ਜਾ ਕੇ ਆਪਣੇ ਪਾਸਪੋਰਟ ਜਮ੍ਹਾਂ ਕਰਾਓ। ਸੋ ਯਾ ਬ੍ਰਦਰ ਸਿਸਟਰ ਪਲੀਜ਼ ਬ੍ਰਦਰ ਸਿਸਟਰ ਤੁਹਾਨੂੰ ਮੈਂ ਸ਼ੋ ਕਰ ਦੇਗਾ, ਤੁਹਾਨੂੰ ਵੀ ਤਸੱਲੀ ਹੋ ਜਾਏਗੀ ਕਿ ਇਟ ਇਜ਼ ਅੰਡਰ ਪ੍ਰੋਸੈਸ, ਸੋ ਡੋਂਟ ਵਰੀ ਅਬਾਊਟ ਇਟ। ਸਾਡੇ ਕੋਲ ਤਾਂ ਇਸ ਤਰ੍ਹਾਂ ਦੇ ਵੀ ਕੇਸਿਸ ਹੈ ਜਿਹੜੇ ਰਿਫਿਊਜ਼ ਹੋ ਗਏ ਉਹਨਾਂ ਨੂੰ, ਫਿਰ ਮੈਂ ਮੈਨੂੰ ਲੱਗਿਆ ਕਿ ਵੀ ਉਹ ਅਨਜਸਟੀਫਾਈਡ ਹੈ, ਅਤੇ ਮੈਂ ਉਹਨਾਂ ਨੂੰ ਫਿਰ ਹੈੱਡਕੁਆਟਰ ਨੂੰ ਮੈਂ ਡਾਇਰੈਕਟਲੀ ਅਪਰੋਚ ਕਰਕੇ ਉਹਨਾਂ ਨੂੰ ਦੱਸਦਾ ਕਿ ਵੀ ਤੁਸੀਂ ਦੱਸੋ ਕਿਉਂ ਕਿਉਂ ਰਿਫਿਊਜ਼ਲ ਹੈ, ਕਿਸ ਤਰ੍ਹਾਂ ਹੈ। ਮੇਰਾ ਇੱਕ ਕੇਸ ਹੋਰ ਹੈ ਅੱਜ, ਇੱਕ ਮਦਰ ਦਾ ਸੀ 14 ਸਾਲ ਦਾ ਬੇਟਾ, ਅਤੇ ਉਹਦਾ ਵੀ ਰਿਫਿਊਜ਼ ਹੋ ਗਿਆ ਸੀ। ਮੈਂ ਫਿਰ ਆਈ ਟੇਕ ਇਟ ਵੈਰੀ ਇਮੋਸ਼ਨਲੀ and I wrote a letter to the immigration minister, te aj hi mainu da di khabar aayi hai directly minister office to khabar aayi hai ke unna ne bhi oda bhi bacche da bhi pass karta hai, so that's okay, take it easy, I'll take care of your dad, tusi dono apne thank your mother nu thank karu, mother de tade documents bahut hi vadhiya documents hai, inna ne ਕਾਫੀ ਕਾਗਜ਼ ਇਹਨਾਂ ਦੇ, ਹਾਈ ਕੁਆਲਿਟੀ ਕਾਗਜ਼ ਨੇ, ਜਾਬ ਯੂਨੋ ਐਂਡ ਯੂਨੋ ਜੋ ਪੇ ਸਟਬਸ ਵਾਲਾ ਬੈਂਕ ਸਟੇਟਮੈਂਟ, ਕਾਫੀ ਇਹਨਾਂ ਦੇ ਵਧੀਆ ਕੁਆਲਿਟੀ ਡਾਕੂਮੈਂਟਸ ਹੈ, ਅਤੇ ਉਹਦੇ ਕਰਕੇ ਤੁਹਾਡੇ ਦੋਨਾਂ ਤੋਂ ਹੋਇਆ। ਤੁਸੀਂ ਆਪਣੀ ਸਾਰੀ ਉਮਰ ਆਪਣੇ ਮਦਰ ਦਾ ਤੁਸੀਂ ਲੋਨ ਵੀ ਇਹ ਪੇ ਕਰ ਸਕਦੇ, ਆਈ ਥਿੰਕ ਸ਼ੀ ਡਿਡ ਅ ਵੈਰੀ ਹਾਰਡ ਵਰਕ ਫੋਰ ਬੋਥ ਆਫ ਯੂ। ਸਾਡੇ ਲਈ ਐਂਡ ਵੀ ਵਕੀਲ ਨੇ ਕਦੇ ਕੋਈ ਪੇਪਰ ਗਲਤ ਲਾ ਤਾ ਕੁਛ ਵੀ, ਮਤਲਬ ਸਾਨੂੰ ਸਾਰਾ ਕੁਛ ਆਪਦਾ ਹੋਣ ਦੇ ਬਾਵਜੂਦ ਵੀ ਸਾਨੂੰ ਵੀਜ਼ਾ ਨਹੀਂ ਮਿਲਿਆ ਸਰ, ਅੱਜ ਤੁਹਾਡੀ ਵਜ੍ਹਾ ਨਾਲ ਵੀ ਸਾਡੇ ਤੇ ਵੀ ਇਹ ਦਿਨ ਆਇਆ। ਤੁਸੀਂ ਥੈਂਕ ਯੂ ਕਰਨਾ, ਤੇ ਥੈਂਕ ਯੂ ਉਸ ਮੁੰਡੇ ਦਾ ਕਰੋ ਜੋ ਇਹਨਾਂ ਦੇ ਨਾਲ ਜੁੜਿਆ, ਰੋਜ ਸੁਖਮਨ ਹੈ ਸੁਖਮਨਜੀਤ, ਕਿਉਂਕਿ ਉਹਨਾਂ ਨੇ ਕਾਗਜ਼, ਕਿਉਂਕਿ ਮੇਰਾ ਕੰਮ ਹੈ, ਮੈਂ ਤੇ ਸਿਰਫ ਉਹਨੂੰ ਸਬਮਿਟ ਕਰਦਾ, ਬਾਕੀ ਮੇਰਾ ਮਤਲਬ ਉਸ ਚੀਜ਼ ਨੂੰ ਤਿਆਰੀ ਉਹ ਕਰਦਾ ਬੰਦਾ, ਐਕਚੁਅਲੀ ਤਿਆਰੀ ਕਰਕੇ ਉਹ ਪੁਟਅਪ ਕਰਦਾ। ਹਾਂ, ਬਾਅਦ 'ਚ ਅਗਰ ਕੋਈ ਰਿਫਿਊਜ਼ ਹੁੰਦਾ ਕੁਛ ਹੈ, ਦੈਨ ਫਿਰ ਮੈਂ ਆਪਣਾ ਜੋ ਮੈਂ ਕਾਰਵਾਈ ਕਰਨੀ ਹੈ, ਫਿਰ ਮੈਂ ਦੇਖਦਾ ਉਹਨੂੰ ਕੀ ਕਰਨਾ। ਬਾਕੀ ਆਈ ਥਿੰਕ ਥੈਂਕਸ ਟੂ ਯੋਰ ਮੋਮ ਐਂਡ ਥੈਂਕ ਯੂ ਟੂ ਸੁਖਮਨ।
ਜਿਨ੍ਹਾਂ ਨੇ ਜਿਨ੍ਹਾਂ ਨੇ ਕੰਮ ਕੀਤਾ ਸੋ ਆਈ ਕੰਗ੍ਰੈਚੁਲੇਟ ਯੂ ਵਨ ਮੋਰ ਟਾਈਮ ਟੂ ਬੋਥ ਬ੍ਰਦਰ ਐਂਡ ਸਿਸਟਰ ਸੋ ਤੁਸੀਂ ਆਪਣਾ ਈਮੇਲ ਐਡਰੈਸ ਮੈਨੂੰ ਟਾਈਪ ਕਰ ਦੇਣਾ ਜਿਹੜਾ ਸਕਾਈਪ ਤੇ ਜੁੜੇ ਹੋ ਨਾ ਸਕਾਈਪ ਤੇ ਮੈਸੇਜ ਆਪਣਾ ਈਮੇਲ ਐਡਰੈਸ ਆਪਣੇ ਬੱਚੇ ਦਾ ਤੁਹਾਡਾ ਆਪਣਾ ਟਾਈਪ ਕਰ ਦੇਣਾ ਸੋ ਆਈ ਵਿਲ ਸੈਂਡ ਯੂ ਦੋਸ ਰਿਕੁਐਸਟ ਡਾਇਰੈਕਟਲੀ ਟੂ ਯੂ ਤੇ ਤੁਸੀਂ ਉਹਨੂੰ ਖੋਲ ਕੇ ਪ੍ਰਿੰਟ ਕਰ ਲੈਣਾ ਇਫ ਯੂ ਹੈਵ ਅ ਪ੍ਰਿੰਟਰ ਔਰ ਟੁਮੋਰੋ ਸਾਈਬਰ ਕੈਫੇ ਪ੍ਰਿੰਟ ਕਰਕੇ you know you can go to Chandigarh or you can go to Jalandhar VFS there a daftar hai ja ke le jao passport jama karo I think within 2-3 days they will put the stamp te aaj ho gayi hai 25 tarikh ho gayi hai so you know I think you guys are lucky because hun Christmas di mahol ethe hai Canada you know is a Christmas holiday and starting from next 2 weeks te toda ethe Christmas de time aana bahut bada ek Guru Nanak vallo toade te kripa vi hai ਕਿਉਂਕਿ ਅਗਰ ਜੇ ਫਾਦਰ ਦਾ ਅਗਰ ਜੇ ਫਾਦਰ ਦਾ ਨਹੀਂ ਹੋਣਾ ਸੀ ਤੇ ਬੱਚੇ ਦਾ ਕਰਨ ਦਾ ਕੋਈ ਪਰਪਸ ਹੀ ਨਹੀਂ ਹੈ ਹਾਂਜੀ 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 ਸੋ ਆਈ ਐਮ ਯੂ نو ਬਟ ਲੈਟਸ ਟੇਕ ਇਟ ਵਨ ਡੇ ਐਟ ਅ ਟਾਈਮ ਐਂਡ ਲੈਟਸ ਮੂਵ ਫਾਰਵਰਡ ਵਾਟ ਵੀ ਹੈਵ ਅੱਜ ਦਾ ਦਿਹਾੜਾ ਜਿਹੜਾ ਤੁਸੀਂ ਸੰਪੂਰਨ ਹੋਣ ਲੱਗਿਆ ਤੇ ਬਹੁਤ ਵਧੀਆ ਇੱਕ ਗੁਰੂਆਂ ਵੱਲੋਂ ਇੱਕ ਖਬਰ ਆਈ ਹੈ ਸੋ ਲੈਟਸ ਇੰਜੋਏ ਦਿਸ and move forward thank your mom thank your dad for you know showing quality documents and you know this is a great moment for me as well okay sir thank you so much again okay thank you take care bye-bye. bye from my grandmother haan ji dekhna sare nu sat sri akal sare nu bahut ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਪਲੀਜ਼ ਥੈਂਕ ਯੂ ਤੁਹਾਨੂੰ ਵੀ ਧੰਨਵਾਦ ਸਾਰਿਆਂ ਥੈਂਕ ਯੂ